ਇੱਕ ਸ਼ਖਸ ਦੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਵਿਅਕਤੀ ਦੇ ਵੱਲੋਂ ਬੇਰਹਿਮੀ ਦੇ ਨਾਲ 5 ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ। ਬੱਚੇ ਦਾ ਕਸੂਰ ਇੰਨਾ ਹੀ ਸੀ ਕਿ ਉਸਨੇ ਕੁੱਤੇ ਨੂੰ ਭੌਂਕਦਿਆਂ ਦੇਖ ਉਸਦੀ ਨਕਲ ਉਤਾਰੀ, ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਆ ਕੇ ਬੱਚੇ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਛਾਤੀ 'ਤੇ ਪੈਰ ਰੱਖ ਕੇ ਉਸਨੂੰ ਮਾਰਿਆ ਘੜੀਸਿਆ। ਖਬਰ ਮੋਹਾਲੀ ਦੇ ਫੇਜ਼ 3 ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਵਿਅਕਤੀ ਨੇ ਬੇਰਹਿਮੀ ਦੇ ਨਾਲ 5 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ ਹੈ। CCTV ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੱਚਾ ਚੌਂਕ ਦੇ ਵਿੱਚ ਖੜ੍ਹਾ ਹੁੰਦਾ ਅਤੇ ਉਹ ਕੁੱਤੇ ਨੂੰ ਭੌਂਕਦੇ ਦੇਖ ਉਸਦੀ ਨਕਲ ਉਤਾਰਦਾ ਹੈ ਅਤੇ ਇੰਨੇ ਚਿਰ ਨੂੰ ਹੀ ਇੱਕ ਸ਼ਖਸ ਦੂਸਰੇ ਪਾਸਿਓਂ ਆਉਂਦਾ ਅਤੇ ਆ ਕੇ ਸਿੱਧਾ ਬੱਚੇ ਨੂੰ ਕਾਲਰ ਤੋਂ ਫੜਦਾ ਅਤੇ ਫਿਰ ਉਸ ਨਾਲ ਕੁੱਟਮਾਰ ਕਰਦਾ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੂੰ ਘੜੀਸਿਆ ਜਾਂਦਾ ਅਤੇ ਉਸਦੀ ਛਾਤੀ 'ਤੇ ਪੈਰ ਧਰ ਕੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕਾਫ਼ੀ ਕਹਿ ਸਕਦੇ ਹਾਂ ਕਿ ਮੰਦਭਾਗੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕਿ 5 ਸਾਲ ਦੇ ਬੱਚੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਔਰ CCTV ਤਸਵੀਰਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਜੋ ਕਾਰਵਾਈ ਹੈ ਉਹ ਜੋ ਹੈ ਸ਼ੁਰੂ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੋਹਾਲੀ ਦੇ 3 ਫੇਜ਼ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵਿਅਕਤੀ ਬੇਰਹਿਮੀ ਦੇ ਨਾਲ 5 ਸਾਲ ਦੇ ਮਾਸੂਮ ਦੀ ਕੁੱਟਮਾਰ ਕਰਦਾ ਹੋਇਆ ਵਿਖਾਈ ਦੇ ਰਿਹਾ। 5 ਸਾਲ ਦਾ ਮਾਸੂਮ ਜਦ ਆਪਣੇ ਦੋਸਤਾਂ ਨਾਲ ਟਿਊਸ਼ਨ ਤੋਂ ਬਾਅਦ ਬਾਹਰ ਆਇਆ ਤਾਂ ਉਸਨੇ ਪਾਰਕ ਦੇ ਨੇੜੇ ਹੀ ਇਸ ਕੁੱਤੇ ਨੂੰ ਦੇਖਿਆ ਸੀ ਅਤੇ ਉਸਦੀ ਨਕਲ ਉਤਾਰਦੇ ਇੰਨੇ ਚਿਰ ਨੂੰ ਹੀ ਉਸਦਾ ਜੋ ਮਾਲਕ ਹੈ ਉਹ ਆ ਜਾਂਦਾ ਅਤੇ ਫਿਰ ਉਸਦੇ ਵੱਲੋਂ 5 ਸਾਲ ਦੇ ਮਾਸੂਮ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਪੁਲਿਸ ਦੇ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇੱਕ ਸ਼ਖਸ ਦੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਵਿਅਕਤੀ ਦੇ ਵੱਲੋਂ ਬੇਰਹਿਮੀ ਦੇ ਨਾਲ 5 ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ। ਬੱਚੇ ਦਾ ਕਸੂਰ ਇੰਨਾ ਹੀ ਸੀ ਕਿ ਉਸਨੇ ਕੁੱਤੇ ਨੂੰ ਭੌਂਕਦਿਆਂ ਦੇਖ ਉਸਦੀ ਨਕਲ ਉਤਾਰੀ, ਜਿਸ ਤੋਂ ਬਾਅਦ ਕੁੱਤੇ ਦੇ ਮਾਲਕ ਨੇ ਆ ਕੇ ਬੱਚੇ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਛਾਤੀ 'ਤੇ ਪੈਰ ਰੱਖ ਕੇ ਉਸਨੂੰ ਮਾਰਿਆ ਘੜੀਸਿਆ। ਖਬਰ ਮੋਹਾਲੀ ਦੇ ਫੇਜ਼ 3 ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਵਿਅਕਤੀ ਨੇ ਬੇਰਹਿਮੀ ਦੇ ਨਾਲ 5 ਸਾਲ ਦੇ ਬੱਚੇ ਨਾਲ ਕੁੱਟਮਾਰ ਕੀਤੀ ਹੈ। CCTV ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੱਚਾ ਚੌਂਕ ਦੇ ਵਿੱਚ ਖੜ੍ਹਾ ਹੁੰਦਾ ਅਤੇ ਉਹ ਕੁੱਤੇ ਨੂੰ ਭੌਂਕਦੇ ਦੇਖ ਉਸਦੀ ਨਕਲ ਉਤਾਰਦਾ ਅਤੇ ਇੰਨੇ ਚਿਰ ਨੂੰ ਹੀ ਇੱਕ ਸ਼ਖਸ ਦੂਸਰੇ ਪਾਸਿਓਂ ਆਉਂਦਾ ਅਤੇ ਆ ਕੇ ਸਿੱਧਾ ਬੱਚੇ ਨੂੰ ਕਾਲਰ ਤੋਂ ਫੜਦਾ ਅਤੇ ਫਿਰ ਉਸ ਨਾਲ ਕੁੱਟਮਾਰ ਕਰਦਾ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੂੰ ਘੜੀਸਿਆ ਜਾਂਦਾ ਅਤੇ ਉਸਦੀ ਛਾਤੀ 'ਤੇ ਪੈਰ ਧਰ ਕੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕਾਫ਼ੀ ਕਹਿ ਸਕਦੇ ਹਾਂ ਕਿ ਮੰਦਭਾਗੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਕਿ 5 ਸਾਲ ਦੇ ਬੱਚੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਔਰ CCTV ਤਸਵੀਰਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਜੋ ਕਾਰਵਾਈ ਹੈ ਉਹ ਜੋ ਹੈ ਸ਼ੁਰੂ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੋਹਾਲੀ ਦੇ 3 ਫੇਜ਼ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵਿਅਕਤੀ ਬੇਰਹਿਮੀ ਦੇ ਨਾਲ 5 ਸਾਲ ਦੇ ਮਾਸੂਮ ਦੀ ਕੁੱਟਮਾਰ ਕਰਦਾ ਹੋਇਆ ਵਿਖਾਈ ਦੇ ਰਿਹਾ। 5 ਸਾਲ ਦਾ ਮਾਸੂਮ ਜਦ ਆਪਣੇ ਦੋਸਤਾਂ ਨਾਲ ਟਿਊਸ਼ਨ ਤੋਂ ਬਾਅਦ ਬਾਹਰ ਆਇਆ ਤਾਂ ਉਸਨੇ ਪਾਰਕ ਦੇ ਨੇੜੇ ਹੀ ਇਸ ਕੁੱਤੇ ਨੂੰ ਦੇਖਿਆ ਸੀ ਅਤੇ ਉਸਦੀ ਨਕਲ ਉਤਾਰਦੇ ਇੰਨੇ ਚਿਰ ਨੂੰ ਹੀ ਉਸਦਾ ਜੋ ਮਾਲਕ ਹੈ ਉਹ ਆ ਜਾਂਦਾ ਅਤੇ ਫਿਰ ਉਸਦੇ ਵੱਲੋਂ 5 ਸਾਲ ਦੇ ਮਾਸੂਮ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਪੁਲਿਸ ਦੇ ਵੱਲੋਂ CCTV ਤਸਵੀਰਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ।